फ्रेंड्स वेलकम ਤੁਹਾਡਾ ਇੱਕ ਵਾਰੀ ਇਸ ਚੈਨਲ ਦੇ ਵਿੱਚ ਅਸੀਂ ਹਾਂ ਵਾਸਕੋ ਬੱਸ ਅੱਡੇ ਤੇ ਇਹ ਹੈ ਸਾਊਥ ਗੋਆ ਇੱਥੋਂ ਅਸੀਂ ਸਾਊਥ ਗੋਆ ਅਤੇ ਨਾਰਥ ਗੋਆ ਬੱਸ ਦੁਆਰਾ ਘੁੰਮਣ ਜਾ ਸਕਦੇ ਹਾਂ ਸਾਹਮਣੇ ਮਹਿਜ 400 ਮੀਟਰ ਦੀ ਦੂਰੀ ਤੇ ਵਾਸਕੋ ਰੇਲਵੇ ਸਟੇਸ਼ਨ ਹੈ ਅਤੇ ਇੱਧਰ ਇਹ ਮਾਰਕੀਟ ਜਿੱਥੋਂ ਅਸੀਂ ਫਰੂਟ ਅਤੇ ਸਬਜ਼ੀਆਂ ਆਦਿ ਖਰੀਦ ਸਕਦੇ ਹਾਂ ਇਸੇ ਮਾਰਕੀਟ ਦੇ ਪਿਛਲੇ ਪਾਸੇ ਹੀ ਫਿਸ਼ ਮਾਰਕੀਟ ਹੈ ਜਿਸ ਨੂੰ ਮੱਛੀ ਮੰਡੀ ਕਿਹਾ ਜਾਂਦਾ ਹੈ ਇੱਥੇ ਕਈ ਪ੍ਰਕਾਰ ਦੀਆਂ ਮੱਛੀਆਂ ਖਰੀਦ ਸਕਦੇ ਹਾਂ ਜਿਵੇਂ ਝਿੰਗਾ ਸੋਲ ਫਿਸ਼ ਪ੍ਰੋਮਫਿਟ ਸਾਰਡਿਨ ਗੋਆ ਦਾ ਮੁੱਖ ਭੋਜਨ ਚਾਵਲ ਮੱਛੀ ਹੈ ਜਿਸ ਵਿੱਚ ਕਿੰਗ ਫਿਸ਼ ਫੇਮਸ ਹੈ ਇਸ ਮਾਰਕੀਟ ਦੇ ਨਾਲ ਹੀ ਬੱਸ ਅੱਡਾ ਹੈ ਅਤੇ ਇੱਥੋਂ ਅਸੀਂ ਲੋਕਲ ਬੱਸ ਦੁਆਰਾ ਜਾਵਾਂਗੇ ਸੜਾ ਸੜਾ ਸਾਊਥ ਗੋਆ ਦਾ ਇੱਕ ਸਥਾਨ ਹੈ ਜਿੱਥੇ ਜਪਾਨੀਸ ਗਾਰਡਨ ਦੇਖਣ ਜਾਵਾਂਗੇ ਅਸੀਂ ਪਹੁੰਚ ਗਏ ਹਾਂ ਸੜਾ ਮੁਰਗਾਮ ਭਾਰਤ ਰਤਨ ਡਾਕਟਰ ਅੰਬੇਦਕਰ ਪੋਰਟ ਅਥਾਰਟੀ ਇਹ ਸਰਕਾਰੀ ਕਮਿਸ਼ਨ ਜੋ ਬੰਦਰਗਾਹ ਪੁਲਾਂ ਸੁਰੰਗਾਂ ਅਤੇ ਹਵਾਈ ਅੱਡਿਆਂ ਦੀਆਂ ਫੈਸਿਲਿਟੀਜ਼ ਪ੍ਰਦਾਨ ਕਰਦਾ ਹੈ ਇਸ ਦੇ ਥੋੜ੍ਹਾ ਅੱਗੇ ਚੱਲ ਕੇ ਨੇੜੇ ਹੀ ਜਪਾਨੀਸ ਗਾਰਡਨ ਹੈ ਜਪਾਨੀਸ ਗਾਰਡਨ ਦੇ ਬਾਹਰ ਕੋਕੋਨਟ ਵਾਟਰ ਅਤੇ ਸ਼ੂਗਰ ਕੇਨ ਲਗਾ ਕੇ ਕੁਛ ਠੇਲੇ ਵਾਲੇ ਟੂਰਿਸਟ ਦੀ ਵੇਟ ਵਿੱਚ ਹੁੰਦੇ ਹਨ ਜਪਾਨੀਸ ਗਾਰਡਨ ਇੱਕ ਚਿਲਡਰਨ ਪਾਰਕ ਹੈ ਇਹ ਗਾਰਡਨ ਬਿਊਟੀਫੁਲ ਟਰੀਜ਼ ਐਂਡ ਗ੍ਰੀਨ ਗਰਾਸ ਨਾਲ ਸੁਸੱਜਿਤ ਹੈ ਇਸ ਗਾਰਡਨ ਨੂੰ ਪਾਮ ਦੇ ਖੂਬਸੂਰਤ ਦਰਖਤ ਹੋਰ ਵੀ ਖੂਬਸੂਰਤ ਬਣਾਉਂਦੇ ਹਨ ਅਸੀਂ ਊਪ ਭਰੀ ਥਕਾਨ ਭਰੀ ਜ਼ਿੰਦਗੀ ਅਤੇ ਸ਼ਹਿਰ ਦੇ ਸ਼ੋਰ ਗੁਲ ਤੋਂ ਇੱਥੇ ਸ਼ਾਂਤ ਸਮਾਂ ਬਤੀਤ ਕਰ ਸਕਦੇ ਹਾਂ ਹਵਾ ਦੀ ਗਰਮੀ ਤੋਂ ਰਾਹਤ ਵਾਸਤੇ ਅਸੀਂ ਇੱਥੇ ਕੁਛ ਠੰਡਾ ਪਦਾਰਥ ਪੀ ਸਕਦੇ ਹਾਂ ਅਤੇ ਇਸ ਸਥਾਨ ਤੋਂ ਹੇਠਾਂ ਦੂਰ ਤੱਕ ਸਾਗਰ ਅਤੇ ਸਾਗਰ ਦੀਆਂ ਲਹਿਰਾਂ ਦਾ ਆਨੰਦ ਮਾਣ ਸਕਦੇ ਹਾਂ ਸਾਗਰ ਦੀਆਂ ਲਹਿਰਾਂ ਨਾ ਚਾਹੁੰਦੇ ਹੋਏ ਵੀ ਸਾਡੇ ਪੈਰ ਆਪਣੇ ਵੱਲ ਲੈ ਤੁਰਦੀਆਂ ਹਨ ਅਤੇ ਅਸੀਂ ਇਸ ਰਸਤੇ ਹੇਠਾਂ ਸਾਗਰ ਵੱਲ ਚੱਲ ਪੈਂਦੇ ਹਾਂ ਕਿ ਦੁਰਗਾ ਮਾਤਾ ਸ਼ਿਵ ਮੰਦਰ ਨੀਅਰ ਸੀ ਸ਼ੋਰ ਹੈਡਲੈਂਡ ਸਾਡਾ ਗੋਆ ਅਸੀਂ ਇਸ ਰਸਤੇ ਅੱਗੇ ਵੱਧਦੇ ਹਾਂ ਸਾਹਮਣੇ ਸਮੁੰਦਰ ਦੇ ਨੀਲੇ ਪਾਣੀ ਦਾ ਖੂਬਸੂਰਤ ਨਜ਼ਾਰਾ ਹੈ ਅਤੇ ਇੱਧਰ ਲੈਫਟ ਸਾਈਡ 'ਤੇ ਹੌਲੀ ਕ੍ਰੋਸਿਸ ਇੱਧਰ ਰਾਈਟ ਹੈਂਡ ਕੋਕੋਨਟ ਟਰੀਜ਼ ਹੇਠਾਂ ਇਹ ਖੂਬਸੂਰਤ ਮੰਦਰ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਅਸੀਂ ਆਪਣੇ ਸਮੇਂ ਵਿੱਚੋਂ ਕੁਝ ਸਮਾਂ ਇਸ ਸਥਾਨ 'ਤੇ ਗੁਜ਼ਾਰਦੇ ਹਾਂ ਅਤੇ ਇਸ ਟੈਂਪਲ ਦੇ ਦਰਸ਼ਨ ਕਰਦੇ ਹਾਂ ਸ਼੍ਰੀ ਦੁਰਗਾ ਮਾਤਾ ਸ਼ਿਵ ਮੰਦਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸ਼ਿਵਲਿੰਗ ਨਾਗ ਦੇਵਤਾ ਤੋਂ ਇਲਾਵਾ ਤੁਲਸੀ ਮਾਤਾ ਦੇ ਦਰਸ਼ਨ ਕਰਦੇ ਹਾਂ ਅਤੇ ਇਸ ਸਥਾਨ 'ਤੇ
ਸਮਾਂ ਗੁਜ਼ਾਰਦੇ ਹਾਂ ਅਤੇ ਆਪਣੀ ਥਕਾਨ ਦੂਰ ਕਰਨ ਤੋਂ ਬਾਅਦ ਹੇਠਾਂ ਸਾਡੇ ਕਦਮ ਬੀਚ ਦੀ ਵਾਰਮ ਸੈਂਡ ਤੱਕ ਚੱਲ ਪੈਂਦੇ ਹਨ। ਬੀਚ ਦੀ ਇਸ ਰੇਤ 'ਤੇ ਚੱਲਣ ਦਾ ਆਪਣਾ ਹੀ ਐਕਸਪੀਰੀਅੰਸ ਹੈ। ਇਹ ਲਹਿਰਾਂ ਕਿਨਾਰੇ ਵੱਲ ਵੱਧਦੀਆਂ ਸਾਡੇ ਕਦਮਾਂ ਨੂੰ ਸਪਰਸ਼ ਕਰਦੀਆਂ ਅਤੇ ਕਦੇ ਨਾ ਭੁੱਲਣ ਵਾਲੀਆਂ ਯਾਦਾਂ ਦੇ ਕੇ ਵਾਪਸ ਪਰਤਦੀਆਂ ਆਪਣੀ ਅਮਿੱਟ ਛਾਪ ਛੱਡ ਜਾਂਦੀਆਂ ਹਨ। ਗੋਆ ਦੀਆਂ ਬੀਚਸ, ਗੋਆ ਦੇ ਸਾਗਰਾਂ ਦੀਆਂ ਇਹ ਲਹਿਰਾਂ ਹਰ ਸੈਲਾਨੀ ਦੀ ਧੜਕਣ ਬਣੀਆਂ ਰਹਿੰਦੀਆਂ ਹਨ ਜਦ ਤੱਕ ਉਹ ਇਹਨਾਂ ਸਾਗਰੀ ਲਹਿਰਾਂ ਨੂੰ ਸਪਰਸ਼ ਨਹੀਂ ਕਰ ਲੈਂਦਾ। ਗੋਆ ਦੀ ਬਾਕੀ ਬੀਚਸ ਦੀ ਤਰ੍ਹਾਂ ਇਹ ਬੀਚ ਕੋਈ ਚਹਿਲ ਪਹਿਲ ਵਾਲੀ ਨਹੀਂ ਹੈ, ਇੱਕਦਮ ਸ਼ਾਂਤ ਅਤੇ ਸਾਹਮਣੇ ਦੇ ਖੂਬਸੂਰਤ ਨਜ਼ਾਰੇ ਤੁਹਾਨੂੰ ਬਾਰ ਬਾਰ ਗੋਆ ਆਉਣ ਵਾਸਤੇ ਮਜਬੂਰ ਕਰਨਗੇ। ਸਾਗਰ ਦੀਆਂ ਤੇਜ਼ ਲਹਿਰਾਂ ਜਦ ਚਟਾਨਾਂ ਨਾਲ ਟਕਰਾਉਂਦੀਆਂ ਹਨ ਤਾਂ ਇੱਥੋਂ ਦੀ ਸ਼ਾਂਤੀ ਨੂੰ ਭੰਗ ਕਰਦੀਆਂ ਹਨ, ਪਰ ਇਹ ਨਜ਼ਾਰਾ ਬਹੁਤ ਹੀ ਖੂਬਸੂਰਤ ਹੁੰਦਾ ਹੈ। ਸੈਲਾਨੀ ਗੋਆ ਆਉਣ ਅਤੇ ਇੱਥੋਂ ਦੇ ਸਾਗਰ ਦੇ ਪਾਣੀ ਵਿੱਚ ਨਾ ਭਿੱਜਣ, ਇਹ ਤਾਂ ਹੋ ਹੀ ਨਹੀਂ ਸਕਦਾ। ਇੱਥੇ ਕੋਈ ਵਾਟਰ ਐਕਟੀਵਿਟੀਜ਼ ਨਹੀਂ ਹੁੰਦੀਆਂ ਹਨ, ਪਰ ਲੋਕ ਬੀਚ ਦੇ ਉੱਪਰ ਪਾਣੀ ਦੀਆਂ ਲਹਿਰਾਂ ਨਾਲ ਖੇਡਣਾ ਪਸੰਦ ਕਰਦੇ ਹਨ। ਤੁਹਾਨੂੰ ਇਹ ਵਲੌਗ ਕਿਹੋ ਜਿਹਾ ਲੱਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਬਹੁਤ ਬਹੁਤ ਧੰਨਵਾਦ।